ਪੰਜਾਬ ਦੇ ਅੰਦਰ ਦਿਨੋ ਦਿਨ ਅਪਰਾਧਕ ਮਾਮਲੇ ਵੱਧਦੇ ਜਾ ਰਹੇ ਨੇ। ਹੁਣ ਨਵਾਂ ਮਾਮਲਾ ਜ਼ਿਲ੍ਹਾ ਫਜ਼ਿਲਕਾ ਦੇ ਅਧੀਨ ਆਉਂਦੇ ਇੱਕ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਕਿ ਇੱਕ ਆਦਮੀ ਦੇ ਕੋਲੋਂ ਦੋ ਨੌਜਵਾਨਾਂ ਨੇ ਉਸਦਾ 4 ਸਾਲਾਂ ਦਾ ਪੋਤਰਾ ਖੋਲਿਆ ਅਤੇ ਉਸ ਨੂੰ ਅਗਵਾ ਕਰਕੇ 15 ਲੱਖ ਰੁਪਇਆਂ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇਸ ਦੀ ਜਲਦ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਫਰੋਤੀ ਮੰਗਣ ਵਾਲੇ ਨੰਬਰ ਦੇ ਆਧਾਰ ਤੇ ਕਿਡਨੈਪ ਕਰਨ ਵਾਲੇ ਦੋਨਾਂ ਲੋਕਾਂ ਨੂੰ ਮੁਸਤੈਦੀ ਨਾਲ ਗ੍ਰਿਫਤਾਰ ਕਰ ਲਿਆ। ਉੱਥੇ ਇਸ ਮਾਮਲੇ ਤੇ ਹੈਰਾਨ ਕਰ ਦੇਣ ਵਾਲੀ ਇੱਕ ਗੱਲ ਸਾਹਮਣੇ ਆਈ ਹੈ, ਜਿੱਥੇ ਕਿ ਦੋਸ਼ੀਆਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਉੱਤੇ ਦੋਸ਼ ਲਗਾਏ ਗਏ ਨੇ ਕਿ ਇਹਨਾਂ ਦੇ ਵੱਲੋਂ ਪੈਸੇ ਦੋਗੁਣੇ ਕੀਤੇ ਜਾਂਦੇ ਨੇ। ਦੋਸ਼ੀਆਂ ਨੇ ਕਿਹਾ ਕਿ ਇਹਨਾਂ ਲੋਕਾਂ ਦੇ ਵੱਲੋਂ ਉਹਨਾਂ ਦੇ ਘਰ ਦਾ ਸਾਰਾ ਸੋਨਾ ਜੇਵਰਾਤ ਤੇ ਪੈਸੇ ਲੈ ਲਏ ਗਏ ਸਨ, ਜੋ ਕਿ ਵਾਪਸ ਨਹੀਂ ਕੀਤੇ ਗਏ, ਜਿਸ ਦੇ ਚਲਦੇ ਉਹਨਾਂ ਨੇ ਉਹਨਾਂ ਦੇ ਬੱਚੇ ਨੂੰ ਕਿਡਨੈਪ ਕਰਕੇ 15 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ। ਇਹਨਾਂ ਨੇ ਸਾਡੇ 11 ਲੱਖ ਰੁਪਇਆ ਲੈ ਰੱਖਾ ਤਾਂ ਕੁਲਦੀਪ ਔਰ ਜੱਗੇ ਨੇ। ਅੱਛਾ, ਤੋ ਇਸ ਕਾਰਨ ਹਮਨੇ ਲੜਕੇ ਕੋ ਉਠਾਇਆ ਥਾ ਅਭੀ ਹਮਾਰੇ ਪੈਸੇ ਆਜੇ ਲਗੇ ਪੈਸੇ ਮਾਰੇ ਆਜੇ। ਠੀਕ ਹੈ, ਤੋ ਹਮਾਰੇ ਲਗੇ ਪੈਸੇ 7.5 ਲੱਖ ਰੁਪਇਆ ਥਾ, ਬਾਕੀ ਉੱਪਰ ਵਾਲਾ ਹਮਨੇ ਛੋੜ ਦਿਆ ਥਾ, ਹਮਨੇ ਕਿਹਾ ਹਮਾਰੇ ਲਗੇ ਪੈਸੇ ਵੀ ਹਮਕੋ ਮਿਲ ਜਾਏ ਔਰ ਇਹਨਾਂ ਨੇ ਨੋਟੋਂ ਕਾ ਵਪਾਰ ਬਣਾ ਰੱਖਾ ਤਾ ਵੀ ਡਬਲ ਨੋਟ ਹੋ ਜਾਏਗੇ ਔਰ ਹਮਕੋ ਦੇ ਜੋ, ਹਮਨੇ ਆਪਣੇ ਘਰ ਕਾ ਸੋਨਾ ਰੱਖ ਕੇ ਇਸਕੋ ਪੈਸੇ ਦੀਏ ਕੁਲਦੀਪ ਔਰ ਜੱਗੇ ਕੋ। ਠੀਕ ਹੈ, ਤੋ ਇਹ ਕੰਮ ਤੁਮਨੇ ਅੱਛਾ ਕੀਆ, ਬੱਚੇ ਕਾ ਅਪਹਰਣ ਕੀਆ? ਨਹੀਂ, ਇਹ ਕੰਮ ਅੱਛਾ ਨਹੀਂ ਕੀਆ। ਤੋ ਫਿਰ ਅਬ ਆਪਕੋ ਤੁਮੇ ਪਛਤਾਵਾ ਹੈ ਇਸ ਬਾਤ ਕਾ? ਹਾਂਜੀ ਪਛਤਾਵਾ ਹੈ। ਕਹਾਂ ਕੇ ਰਹਿਣੇ ਵਾਲੇ ਹੋ? ਸਰਸਾ ਕੇ। ਕਿਆ ਨਾਮ ਹੈ ਤੁਹਾਰਾ? ਵਿਸ਼ਾਲ ਜੀ। ਮੇਰੇ ਪੋਤਰੇ ਨੂੰ ਚੱਕ ਕੇ ਲੈ ਗਏ। ਕੀ ਗੱਲ ਸੀ, ਕਿਉਂ, ਕੀ ਕਾਰਨ ਸੀ? ਸਾਨੂੰ ਤਾਂ ਪਤਾ ਨਹੀਂ ਕਿ ਕੀ ਕਾਰਨ ਹੈ ਨਾਲ ਕੋਈ ਗੱਲ। ਇਹ ਕਦੋਂ ਦੀ ਘਟਨਾ ਹੈ, ਕੌਣ ਸੀ? ਕੱਲ੍ਹ ਦੀ ਹੈ ਜੀ, 4:15 ਵਜੇ। ਅੱਛਾ, ਕਿੱਥੇ ਲੈ ਗਏ? ਕੀ ਮੰਗਿਆ? ਪੈਸੇ ਮੰਗਿਆ? ਕੀ ਮੰਗਿਆ? ਕੀ ਗੱਲ ਹੋਈ? 15 ਲੱਖ ਰੁਪਈਆ ਮੰਗਿਆ ਸੀ। ਕੌਣ ਸੀ ਬੰਦੇ? ਆ ਬੰਦੇ ਇੱਥੇ ਮੁਲਾਜ਼ਮਾਂ ਨੂੰ ਫੜ ਕੇ ਲਿਆਉਂਦੇ ਆ। ਨਹੀਂ, ਤੁਸੀਂ ਕਦੇ ਮਿਲੇ ਸੀਗੇ? ਅਸੀਂ ਇਹ ਜਗ੍ਹਾ ਗਲਤ ਕੰਮ ਕਰਦੇ ਹਾਂ, ਸਾਡਾ ਫਿਰ ਪੁਲਿਸ ਹੁੰਦੇ ਹਾਂ। ਮੇਰਾ ਪੋਤਰ ਹੈ ਜੀ, ਚੱਕ ਕੇ ਲੈ ਗਿਆ ਰੋਡ ਉੱਤੇ ਆਪਣੀ ਕੋਠੀ ਹੈ। ਕਿਹੜੇ ਤਰੀਕੇ ਨਾਲ ਤੁਸੀਂ ਬੱਚਾ ਲਓ ਇਹਨਾਂ ਕੋਲ ਵੀ ਇਹਨਾਂ ਬੱਚੇ ਨੂੰ ਘਟਨਾ ਵਰਤੀਏ? ਅਸੀਂ ਜਾ ਕੇ ਪੈਸੇ ਦੇ ਦਿੱਤੇ ਨੇ, ਸਾਨੂੰ ਉਹਨਾਂ ਨੇ ਬੱਚਾ ਮਤਲਬ ਅੱਧੇ ਘੰਟੇ ਬਾਅਦ ਦਿੱਤਾ। ਕੱਲ੍ਹ ਸ਼ਾਮ ਨੂੰ ਕੋਈ 4-5 ਵਜੇ ਦੇ ਕਰੀਬ ਥਾਣਾ ਖੂਹੀ ਖੇੜੇ ਦੇ ਪਿੰਡ ਪਤਰਿਆਲੇ ਦੇ ਵਿੱਚ ਇੱਕ 3-3.5 ਸਾਲ ਦਾ ਬੱਚਾ ਲਾਪਰੀ ਹਰਿਆਣੇ ਦੇ ਕੁਛ ਬੰਦਿਆਂ ਨੇ ਕਿਡਨੈਪ ਕਰ ਲਿਆ ਸੀ। ਪੁਲਿਸ ਨੇ ਕੇਸ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕੀਤੀ ਔਰ ਬੜੀ ਮੁਸਤੈਦੀ ਨਾਲ ਕੰਮ ਕਰਕੇ 12 ਘੰਟੇ ਦੇ ਵਿੱਚ ਹੀ ਸਪੈਸ਼ਲ ਟੀਮਾਂ ਬਣਾ ਕੇ ਟੈਕਨੀਕਲ ਅਸਿਸਟੈਂਸ ਦੇ ਨਾਲ ਬੱਚਾ ਵੀ ਰਿਕਵਰ ਕਰ ਲਿਆ, ਫਿਰੌਤੀ ਵਾਲੀ ਅਮਾਊਂਟ ਵੀ ਰਿਕਵਰ ਹੋ ਗਈ ਅਤੇ ਮੁਲਜ਼ਮ ਵੀ ਅਰੈਸਟ ਕਰ ਲਏ। ਅਤੇ ਬੜਾ ਕਲੀਨ ਓਪਰੇਸ਼ਨ ਹੋਇਆ ਕਿ ਦੂਜੀ ਸਟੇਟ ਦੇ ਵਿੱਚ ਆ ਕੇ ਹਰਿਆਣੇ ਦੇ ਵਿੱਚੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਇੱਕ ਬਹੁਤ ਹੀ ਪ੍ਰਸ਼ੰਸਾ ਵਾਲਾ ਕੰਮ ਕੀਤਾ ਔਰ ਇੱਕ ਬੜਾ ਵੱਡਾ ਮੈਸੇਜ ਦਿੱਤਾ ਹੈ ਕਿਡਨੈਪਰਸ ਨੂੰ ਕਿ ਲਾਅ ਬ੍ਰੇਕ ਕਰਨ ਵਾਲੇ ਇਹੋ ਜਿਹੇ ਕਿਡਨੈਪਰਸ ਦਾ ਕਾਨੂੰਨ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ, ਇਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਬਿਊਰੋ ਰਿਪੋਰਟ, ਦਾ ਟੀਵੀ ਐਨ ਆਰ ਆਈ।